मैं थोड़ा अपना अमरजीत सिंह बोलूं। जिवें कि तुहानू पता संयुक्त किसान मोर्चे वालों 26 मार्च नू जिहड़ा भारत बंद का सद्दा दिता गया ही, अज उसके चलते फलोर के विच जिहड़ा भारत बंद के सद्दे नू कबूलदे हो जिहड़ा पूरा फलोर आ पूर्ण तौर ते बंद किया गया, ते उत्थे ही दुकानदारां वालों भी अपने आप जिहड़ियां दुकानां बंद करके दूजियां वालों अपना दुध पाना बंद करके बिना किसी नूं कहे जिहड़ा इन्हां वालों समर्थन दिता गया। अज साडे नाल जमहूरी किसान सभा दे खजानची पंजाब खजानची साडे नाल ਢੇਸੀ ਸਾਹਿਬ ਮੌਜੂਦ ਹੈ, ਇਹਨਾਂ ਨੂੰ ਪੁੱਛਦੇ ਆ ਕੀ ਕਹਿਣਾ ਇਹਨਾਂ ਦਾ ਅੱਜ ਜਿਹੜਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ। ਸਤਿ ਸ੍ਰੀ ਅਕਾਲ। ਅੱਜ ਜਿਹੜਾ 26 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਕਿਹੋ ਜਿਹਾ ਭਰਮਾ ਹੰਗਾਰਾ? ਧੰਨਵਾਦ ਸਾਥੀ ਜੀ। ਜਿਹੜਾ 26 ਮਾਰਚ ਦਾ ਬੰਦ ਦਾ ਸੱਦਾ ਦਿੱਤਾ ਗਿਆ ਸੀ, ਇਸ ਬੰਦ ਦਾ ਸੱਦਾ ਪੂਰੇ ਭਾਰਤ ਦਾ ਆ। ਜਿਹੜੀਆਂ 5 ਸਟੇਟਾਂ ਜਿੱਥੇ ਚੋਣਾਂ ਹੋ ਰਹੀਆਂ ਉੱਥੇ ਨੀ ਬੰਦ ਹੋ ਰਿਹਾ, ਬਾਕੀ ਪੂਰਾ ਭਾਰਤ ਜਿਹੜਾ ਬੰਦ ਹੋ ਰਿਹਾ। ਭਾਰਤ ਬੰਦ ਦੇ ਵਿੱਚ ਰੇਲਵੇ ਆ, ਰੋਡ ਆ, ਬਾਜ਼ਾਰ ਆ, ਸਾਰੇ ਕਾਰੋਬਾਰ ਜਿਹੜੇ ਆ ਉਹ ਅੱਜ ਬੰਦ ਆ। ਤੇ ਉਹ ਸਾਡੇ ਸਾਹਮਣੇ ਅੱਜ ਚੈਨਲ ਦੇ ਵੀ ਬਾਜ਼ਾਰ ਆ, ਰੋਡ ਆ, ਰੇਲਵੇ ਟਰੈਕ ਆ, ਸਭ ਮੰਨ ਲਓ ਇਹ ਜਿਹੜੇ ਬੰਦ ਆ, ਇਹਦਾ ਕਾਰਨ ਇਹ ਆ ਭਾਵੇਂ ਕਾਲ ਇਹ ਸੰਯੁਕਤ ਮੋਰਚੇ ਦਿੱਤੀ ਆ, ਪਰ ਸਾਰੇ ਵਰਗ ਆ ਜਿਹੜੀ ਸੈਂਟਰ ਦੀ ਮੋਦੀ ਸਰਕਾਰ ਆ ਉਹਦੇ ਕੋਲ ਸਾਰੇ ਵਰਗ ਦੁਖੀ ਆ। ਨਾ ਉਹਦੇ ਕੋਲ ਕਿਸਾਨ ਖੁਸ਼ ਆ, ਨਾ ਮਜ਼ਦੂਰ, ਨਾ ਵਪਾਰੀ, ਨਾ ਵਿਦਿਆਰਥੀ, ਨਾ ਜਿਹੜੇ ਸਾਡੇ ਨੌਜਵਾਨ ਰੁਜ਼ਗਾਰ ਮੰਗਦੇ ਆ ਉਹ ਆ। ਕੋਈ ਵੀ ਵਰਗ ਜਿਹੜਾ ਆ ਜਿਹਨਾਂ ਲਈ ਇਹ ਸੈਂਟਰ ਦੀ ਸਰਕਾਰ ਨੇ ਲਾਰੇ ਲਾ ਕੇ ਵੀ 2 ਕਰੋੜ ਲੋਕਾਂ ਨੂੰ ਮੈਂ ਨੌਕਰੀ ਦੇਣੀ ਆ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਆ, ਵਗੈਰਾ ਵਗੈਰਾ ਸਾਰੇ ਵਰਗ ਨੂੰ ਲਾਰੇ ਲਾਏ ਸੀ, ਪਰ ਇਹਨੇ ਇੱਕ ਇੱਕ ਕਰਕੇ ਸਾਰੇ ਕਾਰਪੋਰੇਟ ਘਰਾਣਿਆਂ ਨੂੰ ਜਿਹੜੇ ਆ ਉਹਨਾਂ ਨੂੰ ਮਾਲੋ ਮਾਲ ਕਰਨ ਲੱਗਾ। ਤਾਂ ਜਿਹੜੇ ਆਪਣੇ ਦੇਸ਼ ਦੇ ਲੋਕ ਆ, ਜਿਹੜਾ ਵੀ ਦੇਸ਼ ਦਾ ਕੋਈ ਵੀ ਵਰਗ ਆ, ਸਾਰਿਆਂ ਦੇ ਕੋਲੋਂ ਮਤਲਬ ਉਹਨਾਂ ਦੀ ਕਿਰਤ ਜਿਹੜੀ ਖੋ ਕੇ ਉਹਨਾਂ ਅਵਾਨੀਆਂ ਡਾਨੀਆਂ ਨੂੰ ਜਿਹੜਾ ਮਾਲੋ ਮਾਲ ਕਰਨ ਜਾ ਰਿਹਾ। ਇਸ ਕਰਕੇ ਅੱਜ ਜਿੱਥੇ 26 ਮਾਰਚ ਦਾ ਦਿਨ ਆ, 4 ਮਹੀਨੇ ਦਿੱਲੀ ਦੇ ਵਿੱਚ ਜਿਹੜਾ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਮੋਰਚਾ ਲੱਗਾ ਆ, ਉਹਦਾ 4 ਮਹੀਨੇ ਦਾ ਸਮਾਂ ਵੀ ਅੱਜ ਪੂਰਾ ਹੋ ਰਿਹਾ। ਤੇ ਉਹਦੇ ਵਿੱਚ ਹੀ ਅੱਜ ਉਸੇ ਦਿਨ ਨੂੰ 26 ਮਾਰਚ ਨੂੰ ਤਾਂ ਚੁਣਿਆ ਗਿਆ ਵੀ 26 ਨਵੰਬਰ ਨੂੰ ਜਿਹੜਾ ਆ ਉੱਥੇ ਮੋਰਚਾ ਦਿੱਲੀ ਵਿੱਚ ਜਾ ਕੇ ਲੱਗਾ, 4 ਮਹੀਨੇ ਹੋ ਗਏ। ਇਸ ਕਰਕੇ ਲਗਾਤਾਰ ਸੰਯੁਕਤ ਮੋਰਚਾ ਜਿਹੜਾ ਆ ਸਹਿਬਾਈ ਜਿਹੜੇ ਆ ਉਹ ਆਪਣਾ ਪ੍ਰੋਗਰਾਮ ਦੇ ਰਿਹਾ, ਤੇ ਪੂਰੇ ਭਾਰਤ ਦੇ ਲੋਕ ਆ ਜਿਹੜੇ ਉਹ ਇਹਨੂੰ ਜਿਹੜਾ ਆ ਸਮਰਥਨ ਦੇ ਰਹੇ ਆ। ਤੇ ਇਕੱਲਾ ਭਾਰਤ ਨਹੀਂ ਰਹਿ ਗਿਆ, ਇਹਨੂੰ ਕਹਿ ਲਈਏ ਵਰਲਡ ਕਰ ਲਈਏ, ਪੂਰੇ ਵਰਲਡ ਦੇ ਵਿੱਚ ਇਹ ਮੋਰਚਾ ਜਿਹੜਾ ਆ ਸ਼ਾਇਦ ਦੁਨੀਆਂ ਦਾ ਪਹਿਲਾ ਮੋਰਚਾ ਆ। ਵੀ ਪੰਜਾਬ ਤੋਂ ਤੁਰਿਆ ਸੀ ਮੋਰਚਾ, 3 ਮਹੀਨੇ ਪੰਜਾਬ 'ਚ ਲੜਾਈ ਲੜ ਕੇ ਫਿਰ 7 ਮਹੀਨੇ ਨੂੰ ਦਿੱਲੀ ਚਲ ਗਏ, ਹਜੇ ਤਾਈਂ ਵੀ ਇੱਕ ਫੁੱਲ ਜਾਂ ਪੱਤਾ ਜਿਹੜਾ ਆ ਇਸ ਮੋਰਚੇ ਨੇ ਨੁਕਸਾਨ ਨਹੀਂ ਕੀਤਾ। ਐਡਾ ਪੀਸਫੁੱਲ ਮੋਰਚਾ ਚੱਲਣਾ, ਇਹ ਵੀ ਆਪਣੇ ਆਪ ਨੇ ਵਿੱਚ ਇਸ ਮੋਰਚੇ ਜਿਹੜੀ ਵਿਲੱਖਣਤਾ। ਇੱਕ ਚੀਜ਼ ਮੈਂ ਤੁਹਾਨੂੰ ਤੋਂ ਹੋਰ ਜਾਣਨੀ ਚਾਹੁੰਦਾ, ਜਿਵੇਂ ਸਰਕਾਰ ਵੱਲੋਂ ਵਾਰ ਵਾਰ ਅਪੀਲ ਕੀਤੀ ਜਾ ਰਹੀ ਆ ਕੋਰੋਨਾ ਵਾਇਰਸ ਆ ਜਿਹੜਾ ਉਹ ਸਿਖਰਾਂ ਤੇ ਜਾ ਰਿਹਾ, ਜ਼ਿਲ੍ਹਾ ਜਲੰਧਰ ਦੇ ਵਿੱਚ ਵੀ ਆ ਕੋਰੋਨਾ ਨੇ ਜ਼ਿਆਦਾ ਪੈਰ ਪਸਾਰ ਦਿੱਤੇ ਆ, ਪਰ ਉਸਦੇ ਵਿੱਚ ਅੱਜ ਜਿਹੜਾ ਭਾਰਤ ਬੰਦ ਕੀਤਾ ਗਿਆ, ਕਿਸਾਨ ਜਥੇਬੰਦੀਆਂ ਵੱਲੋਂ ਇੰਨੇ ਕਿਸਾਨ ਵੀ ਇਕੱਠੇ ਹੋਏ ਆ, ਇਹਦੇ ਵਿੱਚ ਕੋਰੋਨੇ ਦਾ ਇਹਨਾਂ ਨੂੰ ਕੋਈ ਪ੍ਰਭਾਵ? ਦੇਖੋ ਜੀ, ਜਦੋਂ ਪੰਜਾਬ ਦੇ ਵਿੱਚ ਇਹ ਮੋਰਚਾ ਸ਼ੁਰੂ ਹੋਇਆ, ਅਸਲ ਦੇ ਵਿੱਚ ਕੋਰੋਨੇ ਦੀ ਆੜ ਲੈ ਕੇ ਮੋਦੀ ਸਰਕਾਰ ਨੇ ਇਹ ਜਿਹੜੇ ਆ 2020 ਦੇ ਵਿੱਚ ਜਿਹੜੇ ਆ ਇਹ ਆਰਡੀਨੈਂਸ ਜਿਹੜੇ ਲੈ ਕੇ ਆਏ, ਵੀ ਲੋਕ ਜਿਹੜੇ ਆ ਕੋਰੋਨਾ ਦੀ ਆੜ ਦੇ ਵਿੱਚ ਡਰਾ ਕੇ ਦੇਸ਼ ਦਾ ਮਾਹੌਲ ਕਰਕੇ ਲੋਕ ਅੰਦਰ ਵੜੇ ਆ, ਵੀ ਅੰਦਰ ਵੜਿਆ ਤੇ ਮੈਂ ਜਿਹੜਾ ਅਵਾਨੀਆਂ ਡਾਨੀਆਂ ਦਾ ਉਹਨਾਂ ਨਾਲ ਵਾਅਦਾ ਕੀਤਾ ਆ ਉਹਨੂੰ ਪੂਰਾ ਕਰ ਲਵਾਂ। ਇਹ ਉਸ ਵੇਲੇ ਨੋਟੀਫਿਕੇਸ਼ਨ ਜਿਹੜੇ ਆਪਣੇ ਲੈ ਕੇ ਆਇਆ ਸੀ, ਉਸ ਵੇਲੇ ਲੈ ਕੇ ਆਉਣ ਤੋਂ ਬਾਅਦ ਕਿਸਾਨ ਉਦੋਂ ਦਾ ਪੰਜਾਬ ਦੇ ਵਿੱਚ ਲੜਿਆ, ਅੱਜ ਤਾਈਂ ਇੱਕ ਵੀ ਕੇਸ ਇਹ ਨਹੀਂ ਗਾ ਵੀ ਜਦੋਂ ਤੋਂ ਪੰਜਾਬ ਦੇ ਵਿੱਚ ਕਿਸਾਨ ਲੜਿਆ ਆ ਮੋਰਚੇ ਤੇ ਬੈਠਾ ਆ, ਵੀ ਇੱਕ ਵੀ ਜਿਹੜੀ ਕਿਸੇ ਵੀ ਕਿਸਾਨ ਦੀ ਕੋਰੋਨੇ ਦੇ ਨਾਲ ਮੌਤ ਹੋਈ ਹੋਵੇ, ਤੇ ਅੱਜ 4 ਮਹੀਨੇ ਦਿੱਲੀ ਦੇ ਵਿੱਚ ਹੋ ਗਏ ਆ, ਅੱਜ ਕੋਈ ਇੱਦਾਂ ਦਾ ਕੇਸ ਨਹੀਂ ਆਇਆ ਵੀ ਜਿਹੜੀ ਕੋਰੋਨੇ ਨਾਲ ਮੌਤ ਹੋ ਗਈ ਹੋਵੇ। ਜੇ ਅਗਲੀ ਗੱਲ ਕਰੀਏ ਵੀ ਜਿੱਥੇ ਜਿਨ੍ਹਾਂ 5 ਸਟੇਟਾਂ 'ਚ ਚੋਣਾਂ ਹੋ ਰਹੀਆਂ ਆ ਉੱਥੇ ਲੱਖਾਂ ਲੋਕ ਜਿਹੜੇ ਆ ਇਹ ਜਿਹੜੇ ਰੂਲਿੰਗ ਪਾਰਟੀਆਂ ਵੱਡੀਆਂ ਰੈਲੀਆਂ ਕਰਦੀਆਂ, ਉੱਥੇ ਕੋਰੋਨਾ ਕਿਉਂ ਨਹੀਂ ਹੋ ਰਿਹਾ? ਇਸ ਕਰਕੇ ਸਰਕਾਰ ਦਾ ਜਿੱਥੇ ਬਿਮਾਰੀ ਦਾ ਆਪਣਾ ਇੱਕ ਹੈਗਾ ਖਾਸਾ ਹੈਗਾ ਆ, ਇਹ ਸਰਕਾਰ ਉਹਨੂੰ ਬੜਾਵਾ ਦੇ ਕੇ ਅੰਦੋਲਨ ਨੂੰ ਫੇਲ ਕਰਨ ਲਈ ਜਿਹੜਾ ਆ ਇਹ ਨਵੇਂ ਨਵੇਂ ਜਿਹੜੇ ਆਪਣੇ ਹੱਥਕੰਡੇ ਵਾਪਰ ਰਹੇ ਆ। ਪਰ ਕਿਸਾਨ ਨੇ ਇੱਕ ਤਹੱਈਆ ਕੀਤਾ ਆ ਵੀ ਉਹ ਵੀ ਸਾਡੀ ਮੌਤ ਦੇ ਜਿਹੜੇ ਵਾਰੰਟ ਆ ਉਹ ਮੰਨ ਲਓ ਸਾਡੇ ਸਰਕਾਰ ਨੇ ਸਾਡੇ ਗੱਲ 'ਚ ਫੰਦਾ ਪਾਇਆ ਵੀ ਉਹ ਵੀ ਅਸੀਂ ਮਰਨਾ ਹੀ ਆ, ਅਸੀਂ ਸੜਕਾਂ 'ਤੇ ਸੰਘਰਸ਼ ਕਰਕੇ ਲੜ ਕੇ ਜਿਹੜੇ ਸਾਡੇ ਗੁਰੂਆਂ ਦਾ ਵਿਰਸਾ, ਸਾਡੇ ਭਗਤ ਸਰਾਭਿਆਂ ਦਾ ਵਿਰਸਾ, ਉਸ ਵਿਰਸੇ 'ਤੇ ਲੜਦੇ ਅਸੀਂ ਮਰਾਂਗੇ। ਅਸੀਂ ਇਹ ਤੋਂ ਜਿੰਨਾ ਚਿਰ ਕਾਨੂੰਨ ਜਿਹੜੇ ਰੱਦ ਨਹੀਂ ਹੁੰਦੇ ਇੱਕ ਵੀ ਪੈਰ ਜਿਹੜਾ ਪਿੱਛੇ ਹਟਣ ਨੂੰ ਤਿਆਰ ਨਹੀਂ ਕਰਨਾ। ਇੱਕ ਚੀਜ਼ ਹੋਰ ਹੈ, ਜਿੱਦਾਂ ਢੇਸੀ ਸਾਹਿਬ ਪਿਛਲੇ ਦਿਨਾਂ ਤੋਂ ਤੁਸੀਂ ਜਿਹੜਾ ਦਿੱਲੀ ਦੇ ਵਿੱਚ ਆ ਕਿਸਾਨ ਆ
ਮਜ਼ਦੂਰ ਆ ਕਾਫੀ ਲੰਬੇ ਸਮੇਂ ਤੋਂ 4 ਮਹੀਨੇ ਤੋਂ ਸੰਘਰਸ਼ ਕਰਦੇ ਆ ਰਹੇ ਆ। ਹੁਣ 2-3 ਦਿਨ ਤੋਂ ਜਿਹੜਾ ਪਟਿਆਲੇ ਦੇ ਵਿੱਚ ਆ ਸੀਐਮ ਦੀ ਕੋਠੀ ਦਾ ਜਿਹੜਾ ਘਰਾਓ ਕੀਤਾ ਜਾ ਰਿਹਾ, ਉੱਥੇ ਵੀ ਜਿਹੜਾ ਕਿਸਾਨਾਂ ਵੱਲੋਂ ਇਹ ਕਿਹਾ ਜਾ ਰਿਹਾ ਵੀ 2 ਦਿਨਾਂ ਤੱਕ ਜਿਹੜਾ ਵਾਧੂ ਤੋਂ ਵੱਧ ਜਿਹੜੇ ਕਿਸਾਨ ਆ ਉੱਥੇ ਪਹੁੰਚਣ, ਉਹ ਜਿਹੜਾ ਉੱਥੇ ਇਕੱਠ ਹੋ ਰਿਹਾ ਉਹ ਕਿਸ ਵਜ੍ਹਾ ਤੇ ਹੋ ਰਿਹਾ, ਕੀ ਕਾਰਨ? ਅਸਲ ਦੇ ਵਿੱਚ ਪਿਛਲੇ ਦਿਨੀ ਜਦੋਂ ਬਜਟ ਪੰਜਾਬ ਸਰਕਾਰ ਨੇ ਜਿਹੜਾ ਪੇਸ਼ ਕੀਤਾ, ਉਸ ਬਜਟ ਦੇ ਵਿੱਚ ਜਿਹੜੀਆਂ ਚੋਣ ਮੈਨੀਫੈਸਟੋ ਦੇ ਵਿੱਚ ਪੰਜਾਬ ਸਰਕਾਰ ਨੇ ਕੈਪਟਨ ਸਾਹਿਬ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ, ਉਹ 4.5 ਸਾਲ ਦਾ ਸਮਾਂ ਬੀਤ ਗਿਆ ਤੇ ਕੋਈ ਵਾਅਦਾ ਪੂਰਾ ਨਹੀਂ ਕੀਤਾ। ਜਦੋਂ ਹੁਣ 6 ਮਹੀਨੇ ਰਹਿ ਗਏ 22 ਦੇ ਵਿੱਚ ਇਲੈਕਸ਼ਨ ਹੋਣੀ ਆ, ਤੇ ਉਹ ਜਿਹੜੇ ਵਾਅਦੇ ਸੀ ਮੰਨ ਲਓ ਉਹ ਵਾਅਦੇ ਉਹਦੇ ਵਿੱਚ ਜਿਹੜਾ ਹੁਣ ਬਜਟ ਪੇਸ਼ ਕੀਤਾ ਉਹਦੇ ਵਿੱਚ ਕਹਿਤਾ ਵੀ ਅਸੀਂ ਮੰਨ ਲਓ ਵੀ ਬੁਢਾਪਾ ਪੈਨਸ਼ਨ ਆ, ਦੂਸਰੇ ਆ ਟੈਲੀਫੋਨ ਆਹ ਜਿਹੜੇ ਫੋਨ ਆ ਵਗੈਰਾ ਵਗੈਰਾ ਜਿਹੜੇ ਮੰਨ ਲਓ ਵੀ ਅਸੀਂ ਜਿਹੜੇ ਆਪਣਾ ਇਹ ਬਜਟ ਦੇ ਵਿੱਚ ਜਿਹੜੇ ਰੱਖ ਕੇ ਤਾਂ ਅਸੀਂ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰ ਦਿੱਤੇ। ਅਸਲ ਦੇ ਵਿੱਚ ਗੱਲ ਇਹ ਆ ਵੀ ਜਿਹੜੀ ਕੈਪਟਨ ਸਾਹਿਬ ਨੇ ਘਰ ਘਰ ਨੌਕਰੀ ਦਿੱਤੀ ਸੀ, ਕਿਹਾ ਸੀ ਵੀ ਨੌਕਰੀ ਦੇਣੀ ਆ, ਅਸਲ 'ਚ ਘਰ ਘਰ ਨੌਕਰੀ ਨਹੀਂ, ਜਿਹੜੀ ਨੌਕਰੀ ਹੈਗੀ ਆ ਉਹ ਵੀ ਲੋਕਾਂ ਕੋਲ ਫੁੱਸ ਰਹੀ ਆ। ਅਸਲ ਦੇ ਵਿੱਚ ਜਿਹੜੀ ਕੈਪਟਨ ਸਰਕਾਰ ਆ, ਸਾਨੂੰ ਇਹ ਭੁਲੇਖਾ ਨਹੀਂ ਹੋਣਾ ਚਾਹੀਦਾ ਵੀ ਸ਼ਾਇਦ ਇਹ ਲੋਕਾਂ ਦੀ ਸਰਕਾਰ ਆ, ਇਹ ਵੀ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਆ। ਜੇ ਅੱਜ ਪੂਰੇ ਦੇਸ਼ ਦਾ 4 ਮਹੀਨੇ ਤੋਂ ਕਿਸਾਨ ਜਿਹੜਾ ਸੜਕਾਂ 'ਤੇ ਰੁਲ ਰਿਹਾ, ਉਹ ਸਭ ਤੋਂ ਪਹਿਲਾਂ ਜਿਹੜੀਆਂ ਇਹ ਪੋਲਸੀਆਂ ਆ ਉਹਦੀ ਕਾਂਗਰਸ ਜਿਹੜੀ ਆ ਉਹ ਜਨਮਦਾਤਾ ਆ। ਇਹ 1993 ਦੇ ਵਿੱਚ ਜਦੋਂ ਵਿੱਤ ਮੰਤਰੀ ਮਨਮੋਹਨ ਸਿੰਘ ਸੀ, ਪ੍ਰਧਾਨ ਮੰਤਰੀ ਨਰਸਿਮਹਾ ਰਾਓ ਸੀ, ਇਹ ਪੋਲਸੀਆਂ ਉਦੋਂ ਲੈ ਕੇ ਆਏ ਆ। ਇਹ 28 ਸਾਲਾਂ ਬਾਅਦ ਪੋਲਸੀਆਂ ਨੇ ਹੌਲੀ ਹੌਲੀ ਆਪਣਾ ਇਹਦਾ ਰੰਗ ਦਿਖਾਇਆ, ਰੰਗ ਦੇ ਵਿੱਚ ਉਹਨੇ ਸਾਡੀ ਜਿਹੜੇ ਦਰਮਿਆਨੇ ਲੋਕ ਆ, ਗਰੀਬ ਲੋਕ ਆ, ਉਹਨਾਂ ਦੀ ਸਰਕਾਰੀ ਐਜੂਕੇਸ਼ਨ ਜਿਹੜੀ ਖੋਲ੍ਹੀ ਆ ਪ੍ਰਾਈਵੇਟ ਕਰ ਦਿੱਤੀ ਗਈ ਆ। ਜਿਹੜੀ ਪਬਲਿਕ ਅਦਾਰਿਆਂ ਦੇ ਅੰਦਰ ਐਜੂਕੇਸ਼ਨ ਪ੍ਰਾਪਤ ਕਰਕੇ ਨੌਕਰੀਆਂ ਸਾਡੇ ਜਿਹੜੇ ਨੌਜਵਾਨ ਲੈਂਦੇ ਸੀ, ਨੌਜਵਾਨ ਲੜਕੇ ਲੜਕੀਆਂ, ਉਹ ਜਿਹੜਾ ਨੌਕਰੀਆਂ ਉਹਨਾਂ ਦਾ ਭੋਗ ਪਾ ਦਿੱਤਾ ਗਿਆ ਪ੍ਰਾਈਵੇਟ ਹੋਣ ਕਰਕੇ, ਨਾਲੇ ਜਿਹੜੀ ਸੁੱਖ ਸਹੂਲ ਸਰਕਾਰੀ ਹਸਪਤਾਲ ਤੋਂ ਅਸੀਂ ਲੈ ਲੈਂਦੇ ਸੀ ਉਹਦਾ ਵੀ ਭੋਗ ਪਾ ਦਿੱਤਾ ਗਿਆ। ਇਹ ਉਹਨਾਂ ਪੋਲਸੀਆਂ ਦਾ ਨਤੀਜਾ ਆ ਜਿਹਨਾਂ ਪੋਲਸੀਆਂ ਕਰਕੇ ਅੱਜ ਦਾ ਕਿਸਾਨ ਜਿਹੜਾ 4 ਮਹੀਨੇ ਤੋਂ ਸੜਕਾਂ 'ਤੇ ਰੁੜ ਰਿਹਾ। ਇਸ ਕਰਕੇ ਅੱਜ ਪੂਰੇ ਭਾਰਤ ਦਾ ਜਿਹੜਾ ਕੋਈ ਵੀ ਵਰਗ ਆ, ਵਪਾਰੀ ਆ, ਦੁਕਾਨਦਾਰ ਆ, ਦਿਹਾੜੀ ਵਾਲਾ ਆ, ਰੇਹੜੀ ਫੜੀ ਵਾਲਾ ਆ, ਸਾਰੇ ਵਰਗ ਜਿਹੜੇ ਦੁਖੀ ਆ। ਉਹਦੇ ਤੋਂ ਬਾਅਦ ਹੋਰ ਇਹ ਗੱਲ ਕੀਤੀ ਆ ਵੀ ਜਿਹੜਾ ਮਜ਼ਦੂਰ ਆ ਉਹਦੇ ਜਿਹੜਾ ਅਪ੍ਰੈਲ ਮਹੀਨੇ ਦੇ ਵਿੱਚ ਉਹਦੇ ਲਈ ਵੀ ਜਿਹੜਾ ਕਾਨੂੰਨ ਬਣਾ ਦਿੱਤਾ ਗਿਆ ਵੀ 8 ਘੰਟੇ ਦਿਹਾੜੀ ਵਾਲਾ 12 ਘੰਟੇ ਦਿਹਾੜੀ ਕਰੂਗਾ, ਪੈਸੇ ਜਦੋਂ ਵੀ ਉਹ 8 ਘੰਟੇ ਦੇ ਲਊਗਾ। ਇਹਦੇ ਤੋਂ ਸਿੱਧ ਹੁੰਦਾ ਵੀ ਮੋਦੀ ਸਰਕਾਰ ਭਾਰਤ ਦੇ ਲੋਕਾਂ ਦੀ ਨਹੀਂ, ਇਹ ਕਾਰਪੋਰੇਟ ਲੋਕਾਂ ਦੀ ਆ, ਅਵਾਨੀਆਂ ਅਡਾਨੀਆਂ ਦੀ ਸਰਕਾਰ ਆ, ਉਹਨਾਂ ਨੂੰ ਮਾਲੋ ਮਾਲ ਕਰ ਰਹੀ ਆ, ਇਹਦਾ ਕਾਰਨ ਇਹ ਆ। ਜਿਵੇਂ ਕਿ ਤੁਸੀਂ ਹੁਣ ਬੈਠੇ ਆ 26 ਤਰੀਕ ਨੂੰ ਭਾਰਤ ਬੰਦ ਕੀਤਾ, ਆਉਣ ਵਾਲੇ ਸਮੇਂ ਦੇ ਵਿੱਚ ਅਗਰ ਮੋਦੀ ਸਾਹਿਬ ਦੇ ਨਾਲ ਜਾਂ ਉਹਨਾਂ ਦੇ ਨਾਲ ਨਹੀਂ ਕੋਈ ਵਾਸਤਾ ਹੁੰਦਾ ਜਾਂ ਮੀਟਿੰਗ ਦਾ ਦੌਰ ਨਹੀਂ ਨਿਕਲਦਾ, ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰਦਰਸ਼ਨ? ਸਾਡਾ ਸੰਯੁਕਤ ਮੋਰਚਾ ਜੋ ਵੀ ਉਹ ਕਾਲ ਦਿੰਦਾ ਆ ਉਹਨੂੰ ਭਾਰਤ ਦੇ ਲੋਕ ਜਿਹੜੇ ਫੋਲੋ ਕਰਦੇ ਆ, ਜੋ ਵੀ ਦਿੰਦਾ ਉਹਨੂੰ ਇਨਵਨ ਲਾਗੂ ਕਰਦੇ ਆ। ਅੱਜ ਵੀ ਜਿਹੜੀ ਇਹ ਭਾਰਤ ਬੰਦ ਦੀ ਕੌਲ ਆ ਸੰਯੁਕਤ ਮੋਰਚੇ ਦੀ ਕੌਲ ਆ, ਸਾਡੀ ਜਿਹੜੀ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਆ ਉਹ ਬੜੀ ਅਸਪਲਟ ਆ। ਉਹਨੂੰ ਇਕੱਲੇ ਇਕੱਲੇ ਦਾ, ਚਾਹੇ ਕਿਸਾਨ ਦਾ ਹੋਵੇ, ਚਾਹੇ ਮਜ਼ਦੂਰ ਦਾ ਹੋਵੇ, ਚਾਹੇ ਦੁਕਾਨਦਾਰ ਦਾ, ਚਾਹੇ ਵਪਾਰੀ ਦਾ, ਇਕੱਲੇ ਇਕੱਲੇ ਵਰਗ ਦੇ ਉੱਤੇ ਉਹਨਾਂ ਦੀ ਬੜੀ ਇੰਨੀ ਸਟੱਡੀ ਆ ਵੀ ਜਿਹੜੀ ਮੋਦੀ ਸਰਕਾਰ ਆ ਉਹ ਮਤਲਬ ਸੰਯੁਕਤ ਮੋਰਚੇ ਲੀਡਰਸ਼ਿਪ ਦਾ ਜਵਾਬ ਨਹੀਂ ਦੇ ਸਕਦੀ। ਅਸੀਂ ਦੇਖਿਆ ਵੀ 12 ਮੀਟਿੰਗਾਂ ਹੋਈਆਂ, 12 ਮੀਟਿੰਗਾਂ ਵਿੱਚ ਉਹਨਾਂ ਦੇ ਤੋਂਬਰ ਸਾਹਿਬ ਨੂੰ ਕੋਈ ਗੱਲ ਨਹੀਂ ਆਈ। ਇਸ ਕਰਕੇ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸੰਯੁਕਤ ਮੋਰਚਾ ਕਹੂਗਾ ਅਸੀਂ ਉਹਨੂੰ ਲਾਗੂ ਕਰਾਂਗੇ। ਦੂਜੀ ਗੱਲ ਅਸੀਂ ਫਿਰ ਮੈਂ ਪੂਰੇ ਦੇਸ਼ ਦੇ ਨੂੰ ਇਸ ਚੈਨਲ ਦੇ ਰਾਹੀਂ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਲੋਕ ਸੁਣਦੇ ਆ ਦੇਖਦੇ ਆ ਵੀ ਸਾਡੇ ਕੋਲ ਵਿਰਸਾ, ਸਾਡੇ ਉਹਨਾਂ ਗੁਰੂਆਂ ਦਾ ਵਿਰਸਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਨੀਆਂ ਦੇ ਵਿੱਚ ਚਿਣਾਇਆ, ਸਾਡੇ ਕੋਲ ਉਹਨਾਂ ਦਾ ਬਾਬੇ ਬੰਦਾ ਬਹਾਦਰ ਦਾ ਵਿਰਸਾ ਜਿਹਨੇ 4 ਸਾਲ ਦਾ ਬੱਚੇ ਦਾ ਜਿਹੜਾ ਕਲੇਜਾ ਕੱਢ ਕੇ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ, ਉਹਨਾਂ ਲੋਕਾਂ ਦਾ ਵਿਰਸਾ ਇਹ ਮੋਦੀ ਨੂੰ ਭੁਲੇਖਾ ਹੋ ਸਕਦਾ ਵੀ ਸ਼ਾਇਦ ਇਹ ਲੰਮਾ ਅੰਦੋਲਨ ਹੋਣ ਕਰਕੇ ਲੋਕ ਘਰਾਂ ਚਲ ਜਾਣਗੇ, ਲੋਕ ਘਰਾਂ ਨੂੰ ਨਹੀਂ ਜਾ ਰਹੇ, ਲੋਕ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆ। ਅੱਜ ਸਾਰੇ ਭਾਰਤ ਵਿੱਚ ਦੇਖੋ ਤੁਸੀਂ ਇਕੱਠ ਦਿਖਾ ਲਓ ਵੀ ਸਾਰੇ ਲੋਕ ਬੈਠ ਕੇ ਬੰਦ ਕਰ ਰਹੇ ਆ, ਵੱਖ ਵੱਖ ਸਟੇਟਾਂ ਦੇ ਵਿੱਚ ਮਹਾਂ ਪੰਚਾਇਤਾਂ ਹੋ ਰਹੀਆਂ ਜਿੱਥੇ ਲੱਖਾਂ ਲੋਕ ਆ ਰਹੇ ਆ, ਪੂਰਾ ਦੇਸ਼ ਭਾਰਤ ਇਸ ਵੇਲੇ ਜਾਗ ਗਿਆ ਆ। ਕੋਈ ਮੁਸ਼ਕਲ ਨਹੀਂ, ਜੋ ਆਉਣ ਵਾਲੇ ਸਮੇਂ ਵਿੱਚ ਮੋਦੀ ਦਾ ਮੁਕਾਬਲਾ ਕਰਨ ਲਈ ਕਾਲ ਮਿਲੂਗੀ ਉਹਦਾ ਮੁਕਾਬਲਾ ਜਿਹੜੇ ਭਾਰਤੀ ਲੋਕ ਆ ਉਹ ਐਨ ਡਟ ਕੇ ਕਰਨ। ਧੰਨਵਾਦ ਜੀ। ਇਹ ਸਨ ਸਾਡੇ ਨਾਲ ਜਮਹੂਰੀ ਕਿਸਾਨ ਸਭਾ ਦੇ ਪੰਜਾਬ ਖਜ਼ਾਨਚੀ ਢੇਸੀ ਸਾਹਿਬ। ਇਹਨਾਂ ਨੇ ਦੱਸਿਆ ਵੀ ਜਿਵੇਂ ਵੀ ਸਾਨੂੰ ਸੰਯੁਕਤ ਮੋਰਚੇ ਵੱਲੋਂ ਅੱਗੇ ਤੋਂ ਵੀ ਕੋਲ ਆਵੇਗੀ, ਜਿਸ ਤਰ੍ਹਾਂ ਦੀ ਵੀ ਆਵੇਗੀ ਉਸ ਦੇ ਉੱਤੇ ਜਿਹੜਾ ਵਚਨ ਵਾਧਿਆ ਉਸੇ ਤਰ੍ਹਾਂ ਹੀ ਜਿਹੜਾ ਅੱਗੇ ਵੀ ਕਾਰਵਾਈ ਕੀਤੀ ਜਾਵੇਗੀ। ਮੈਂ ਫਿਲੌਰ ਤੋਂ ਕੈਮਰਾਮੈਨ ਬੰਟੀ ਕਲੇਰ ਦੇ ਨਾਲ ਅਮਰਜੀਤ ਸਿੰਘ ਮੋਨੂ।